ਵਤਨ ਟੀ ਵੀ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਨਿੱਘੀ ਜਿਹੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਪਲਾਨੋ ਕਾਨਫਰੰਸ ਸੈਂਟਰ ਜਿਸ ਦਾ ਨਾਮ ਬਦਲ ਕੇ ਦ ਰੋਇਲ ਪੈਲਸ ਰੱਖ ਦਿੱਤਾ ਗਿਆ ਹੈ, ਉਹਦੇ ਵਿੱਚ ਅੱਜ ਲੋਹੜੀ ਦਾ ਪ੍ਰੋਗਰਾਮ ਹੋ ਰਿਹਾ, ਲੋਹੜੀ ਕੌਣ ਕਰਵਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਪਹਿਲਾਂ ਤਾਂ ਵਤਨ ਟੀ ਵੀ ਪ੍ਰੋਗਰਾਮ ਦੇ ਵਿੱਚ ਨਿੱਘੀ ਜਿਹੇ ਹਾਂ ਜੀ। ਵਤਨ ਟੀ ਵੀ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਮੈਂ ਇਸ ਵਕਤ ਕੈਲੀਫੋਰਨੀਆ ਤੋਂ ਐਡਮਿੰਟਨ ਦੀ ਧਰਤੀ ਦੇ ਉੱਤੇ ਸਹਾਇਤਾ ਦਾ ਮੈਸੇਜ, ਸਹਾਇਤਾ ਸੰਸਥਾ ਦਾ ਇੱਕ ਸੁਨੇਹਾ ਲੈ ਕੇ ਆਇਆ ਤੁਹਾਡੇ ਵਾਸਤੇ। ਸਹਾਇਤਾ ਜਿਹੜੀ ਔਰਗਨਾਈਜੇਸ਼ਨ ਹੈ ਜੀ, ਕਿੱਥੋਂ ਸ਼ੁਰੂ ਹੋਈ, ਕਿੰਨੀ ਦੇਰ ਹੋ ਗਈ ਇਸ ਨੂੰ ਚੱਲਦਿਆਂ ਨੂੰ, ਅਤੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ ਜੀ। ਸਹਾਇਤਾ ਜਿਹੜੀ ਸੰਸਥਾ ਸ਼ੁਰੂ ਹੋਈ ਸੀਗੀ 2005 ਦੇ ਵਿੱਚ, ਸੋ 11 ਸਾਲ ਸਾਨੂੰ ਹੋ ਗਏ ਇਸ ਚੀਜ਼ ਨੂੰ ਚਲਾਉਂਦੇ। ਅਤੇ ਬਹੁਤਾ ਜਿਹੜਾ ਸਾਡਾ ਮੇਨ ਸੈਂਟਰ ਹੈਗਾ ਉਹ ਕੈਲੀਫੋਰਨੀਆ ਦੇ ਵਿੱਚ ਹੈ, ਅਸੀਂ ਕੈਲੀਫੋਰਨੀਆ ਦੇ ਵਿੱਚ ਰਜਿਸਟਰਡ ਹੈਗੇ ਹਾਂ। ਇਸੇ ਤਰ੍ਹਾਂ ਟੋਰਾਂਟੋ ਦੇ ਵਿੱਚ ਸਹਾਇਤਾ ਟੋਰਾਂਟੋ ਦੇ ਬੇਸ ਦੇ ਉੱਤੇ ਰਜਿਸਟਰਡ ਹਾਂ, ਇੰਡੀਆ ਦੇ ਵਿੱਚ ਸਹਾਇਤਾ ਇੰਡੀਆ ਦੇ ਬੇਸ 'ਤੇ ਰਜਿਸਟਰਡ ਹੈਗੇ ਹਾਂ। ਅਤੇ ਸਹਾਇਤਾ ਦਾ ਕੰਮ ਬੇਸਿਕਲੀ ਸੀ ਕਿ ਦੋ ਤਰ੍ਹਾਂ ਦੇ ਵਿਸ਼ੇ ਅਸੀਂ ਚੁਣੇ ਸੀ, ਐਜੂਕੇਸ਼ਨ ਅਤੇ ਹੈਲਥ ਕੇਅਰ, ਕਿਉਂਕਿ ਦੋਨਾਂ ਦਾ ਬਹੁਤ ਮਹੱਤਵ ਹੈ ਜ਼ਿੰਦਗੀ ਦੇ ਵਿੱਚ। ਅਤੇ ਐਜੂਕੇਸ਼ਨ ਦੇ ਤਹਿਤ ਅਸੀਂ ਉਹਨਾਂ ਬੱਚਿਆਂ ਨੂੰ ਸਪੋਰਟ ਕਰਦੇ ਹਾਂ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ ਐਜੂਕੇਸ਼ਨ ਦਾ। ਅਤੇ ਉਸ ਦੇ ਤਹਿਤ ਇਸ ਵਕਤ ਪੰਜਾਬ, ਹਿਮਾਚਲ, ਹਰਿਆਣਾ, ਜੰਮੂ ਕਸ਼ਮੀਰ, ਰਾਜਸਥਾਨ, ਯੂਪੀ, ਇਹਨਾਂ ਜਗ੍ਹਾ ਦੇ ਉੱਤੇ ਸਾਡੇ ਕੋਲ ਤਕਰੀਬਨ 700 ਬੱਚਾ ਜਿਹੜਾ ਸਹਾਇਤਾ ਦੇ ਥਰੂ ਪੜ੍ਹ ਰਿਹਾ ਹੈਗਾ। ਇਸੇ ਤਰ੍ਹਾਂ ਅਸੀਂ ਇੱਕ ਅੱਖਾਂ ਦਾ ਹਸਪਤਾਲ ਚਲਾਉਂਦੇ ਹਾਂ ਜੋ ਪੰਜਾਬ ਦੇ ਵਿੱਚ ਹੈ, ਜਿੱਥੇ ਕਿ ਫ੍ਰੀ 6 ਦਿਨ ਹਫ਼ਤੇ ਦੇ ਫ੍ਰੀ ਇਲਾਜ ਹੁੰਦਾ ਹੈਗਾ। ਨਾਲ ਸਾਡੇ ਕੋਲ ਦੋ ਕਲੀਨਿਕਸ ਨੇ, ਇੱਕ ਪੰਜਾਬ ਦੇ ਵਿੱਚ ਆਪਣੇ ਪਿੰਡ ਸਰੀਂ ਦੇ ਵਿੱਚ ਹੈ, ਅਤੇ ਇੱਕ ਤੱਲੇਵਾਲ ਹੈ ਬਰਨਾਲੇ ਦੇ ਲਾਗੇ ਪਿੰਡ, ਉੱਥੇ ਹੈਗੀ ਹੈ। ਅਤੇ ਇਸ ਦੇ ਨਾਲ ਨਾਲ ਅਸੀਂ ਦੋ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਚਲਾਉਂਦੇ ਹਾਂ, ਅਤੇ ਇਹਨਾਂ ਟ੍ਰੇਨਿੰਗ ਸੈਂਟਰਾਂ ਦੇ ਵਿੱਚ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਉਹਨਾਂ ਨੂੰ ਜਿਹੜੀਆਂ 10ਵੀਂ 12ਵੀਂ ਕਰਕੇ ਕੁਛ ਨਹੀਂ ਕਰ ਸਕਦੀਆਂ ਜ਼ਿੰਦਗੀ, ਉਹਨਾਂ ਦਾ ਅੱਗੇ ਹੈ ਨਹੀਂ, ਪੜ੍ਹਨ ਦਾ ਕੋਈ ਵਿਚਾਰ ਨਹੀਂ ਹੁੰਦਾ, ਉਹਨਾਂ ਨੂੰ ਕੋਈ ਇਹੋ ਜਿਹਾ ਕਿੱਤਾ ਸਿਖਾ ਦਿਓ ਜਿਸ ਨਾਲ ਕਿ ਉਹ ਵੀ ਜਦੋਂ ਵਿਆਹ ਹੁੰਦੀਆਂ ਅਤੇ ਦੂਸਰੇ ਘਰ ਜਾ ਕੇ ਕੁਛ ਨਾ ਕੁਛ ਕਰਨ ਦੇ ਜੋਗੀਆਂ ਹੋਣ। ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਵਤਨ ਟੀ ਵੀ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਅਸੀਂ ਵਲੰਟੀਅਰ ਹੈਗੇ ਹਾਂ, ਸਾਡਾ ਮਕਸਦ ਹੈਗਾ ਆ ਬੱਚਿਆਂ ਨੂੰ ਆਪਣੀ ਕਲਚਰ ਦੇ ਨਾਲ ਨਾਲ ਜੋੜਨ ਦੇ ਨਾਲ। ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਆ ਦੁਨੀਆ ਦੇ ਵਿੱਚ ਕਈ ਬੱਚੇ ਇਹ ਆ ਜਿਨ੍ਹਾਂ ਨੂੰ ਉਹਨਾਂ ਨੂੰ ਫੂਡ ਨਹੀਂ ਮਿਲਦਾ, ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲਦੀ, ਉਹਨਾਂ ਨੂੰ ਉਹ ਫੈਸਿਲਿਟੀਜ਼ ਨਹੀਂ ਮਿਲਦੀਆਂ ਜੋ ਇੱਥੇ ਸਪੈਸ਼ਲੀ ਬੱਚੇ ਜਿਹੜੇ ਬੋਰਨ ਐਂਡ ਬਰੋਟ ਅਪ ਆ, ਅਤੇ ਉਹ ਇਸ ਗੱਲ ਬਾਰੇ ਨਹੀਂ ਸੋਚਦੇ। ਸਾਨੂੰ ਇਹ ਆ ਵੀ ਬੱਚੇ ਉਹੀ ਕਰਦੇ ਆ ਜੋ ਦੇਖਦੇ ਆ, ਉਹ ਨਹੀਂ ਕਰਦੇ ਜੋ ਸੁਣਦੇ ਆ, ਜੋ ਆਪਾਂ ਸਿਖਾਉਂਦੇ ਹਾਂ। ਬੇਸਿਕਲੀ ਸਾਡੀ ਕੋਸ਼ਿਸ਼ ਆ ਵੀ ਸਾਡੇ ਬੱਚੇ ਇਹ ਵੀ ਦੇਖਣ ਅਸੀਂ ਇਸ ਸਮਾਜ ਦੇ ਵਿੱਚ ਥੋੜ੍ਹੀ ਹੈਲਪ ਵੀ ਕਰਦੇ ਕਿਸੇ ਦੀ, ਅਤੇ ਨਾਲ ਨਾਲ ਇੰਟਰਟੇਨਮੈਂਟ ਵੀ ਕਰਦੇ ਹਾਂ। ਸੋ ਸਾਡਾ ਪਹਿਲੀ ਕੋਸ਼ਿਸ਼ ਹੈ। ਵੈਸੇ ਪਿਛਲੇ ਸਾਲ ਵੀ ਕੀਤੀ ਸੀ ਕੁੜੀਆਂ ਦੀ ਲੋਹੜੀ, ਪਰ ਇਸ ਸਾਲ ਅਸੀਂ ਜੈਂਡਰ ਦਾ ਕੁਛ ਨਹੀਂ ਰੱਖ ਕੇ ਅਤੇ ਇਹ ਔਰਗਨਾਈਜ਼ ਕੀਤਾ ਤਾਂ ਕਿ ਅਸੀਂ ਸਹਾਇਤਾ ਦਾ ਮੈਸੇਜ ਅਤੇ ਵੈਸਟਰਨ ਕੈਨੇਡਾ ਦੇ ਵਿੱਚ ਪਹੁੰਚਾ ਸਕੀਏ। ਬਹੁਤ ਬਹੁਤ ਥੈਂਕ ਯੂ ਰਾਜੀ ਜੀ। ਸਾਡੇ ਦਰਮਿਆਨ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਲੋਹੜੀ ਦਾ ਹੋ ਰਿਹਾ ਹੈ ਇਹਨੂੰ ਔਰਗਨਾਈਜ਼ ਕਰਨ ਵਾਸਤੇ ਵਲੰਟੀਅਰ ਕਰ ਰਹੇ ਨੇ ਮਨੂ ਬਾਜਵਾ ਗਿੱਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨੂ, ਦੱਸੋ ਜੀ ਅੱਜ ਦੇ ਪ੍ਰੋਗਰਾਮ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਜਿਹੜਾ ਪ੍ਰੋਗਰਾਮ ਆ ਸਹਾਇਤਾ, ਜਿਵੇਂ ਡਾਕਟਰ ਸੰਧੂ ਨੇ ਦੱਸਿਆ ਕਿ ਆਪਾਂ ਸਹਾਇਤਾ ਲਈ ਵਲੰਟੀਅਰ ਕਰ ਰਹੇ ਹਾਂ, ਐਂਡ ਦਿਸ ਪ੍ਰੋਗਰਾਮ ਇਜ਼ ਆਲ ਅਬਾਊਟ ਜੈਂਡਰ ਇਕੁਆਲਿਟੀ। ਕਿਉਂਕਿ ਜਦੋਂ ਤੱਕ ਆਪਾਂ ਜੈਂਡਰ ਇਕੁਅਲ ਨਹੀਂ ਕਰਦੇ, ਨੋਬਡੀ ਇਜ਼ ਸਪੈਸ਼ਲ, ਨੋਟ ਐਵਰੀਬਡੀ ਸਪੈਸ਼ਲ, ਨੋਟ ਬਡੀ ਸੁਪਰ ਸਪੈਸ਼ਲ, ਜੈਂਡਰ ਇਕੁਆਲਿਟੀ ਨੂੰ ਲੈ ਕੇ ਅਤੇ ਆਪਾਂ ਦੋਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਕਿਵੇਂ ਵੱਧ ਸਕਦੇ ਹਾਂ। ਇਹਦੇ 'ਚ ਆਪਣੀ ਸੁਸਾਇਟੀ ਵਿੱਚ ਕੁੜੀਆਂ ਨੂੰ ਥੋੜ੍ਹੀ ਪਿੱਛੇ ਜਗ੍ਹਾ ਰੱਖੀ ਜਾਂਦੀ ਆ, ਸੋ ਉਹਨਾਂ ਨੂੰ ਅੱਗੇ ਕਿਵੇਂ ਲੈ ਕੇ ਆਉਣਾ ਇਹਦੇ ਬਾਰੇ, ਅਤੇ ਜਿਹੜੇ ਆਪਣੇ ਮੇਲ ਪ੍ਰਧਾਨ ਸਮਾਜ ਆ ਉਹਨੂੰ ਨਾਲ ਲੈ ਕੇ ਕਿਵੇਂ ਚੱਲਣਾ ਉਹਦੇ ਬਾਰੇ ਅਸੀਂ ਇੱਕ ਜਾਗਰੂਕਤਾ ਕਰ ਰਹੇ ਹਾਂ। ਹੁਣ ਇਹਨਾਂ ਨੇ ਇੱਕ ਸੀਨੀਅਰ ਹੋਮ ਵੀ ਖੋਲ੍ਹਿਆ, ਉੱਥੇ ਆਪਾਂ ਉਹਨਾਂ ਨੂੰ ਜਿਹੜੇ ਆਪਣੇ ਫੰਡਸ ਇਕੱਠੇ ਕੀਤੇ ਆ ਉਹ ਇਹਨਾਂ ਨੂੰ ਆਪਾਂ ਦੇਵਾਂਗੇ ਸਹਾਇਤਾ ਸੰਸਥਾ ਨੂੰ, ਅਤੇ ਉਹ ਫਿਰ ਉੱਥੇ ਨੀਡਿਡ ਲੋਕਾਂ ਨੂੰ ਦਿੱਤੇ।